ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣਗੇ ਰੁਖਸਾਨਾ ਸ਼ਰੀਫ ਜਿਹੜੇ ਕਿ ਕੰਸਰਨ ਪੇਰੈਂਟ ਅਤੇ ਕਮਿਊਨਿਟੀ ਐਕਟਿਵਿਸਟ ਨੇ। ਇਹ ਸਾਨੂੰ ਕੁਝ ਇਨਫੋਰਮੇਸ਼ਨ ਦੇਣ ਅੱਜ ਆਏ ਨੇ ਸਟੂਡੀਓ ਦੇ ਵਿੱਚ, ਅਤੇ ਗੱਲਬਾਤ ਚੱਲੇਗੀ ਕਿ ਕੁਝ ਸਕੂਲ ਬੋਰਡਸ ਵੱਲੋਂ ਕੁਝ ਨਵੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਬਾਰੇ ਇਹ ਚਿੰਤਤ ਨੇ ਅਤੇ ਇਹ ਕਮਿਊਨਿਟੀ ਨੂੰ ਅਵੇਅਰ ਕਰਨਾ ਚਾਹੁੰਦੇ ਨੇ, ਔਰ ਇਸ ਬਾਰੇ ਜਾਣਕਾਰੀ ਲੈਣੇ ਆ ਰੁਖਸਾਨਾ ਸ਼ਰੀਫ ਤੋਂ। ਜੀ ਹਾਂ ਜੀ, ਵੈਲਕਮ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ। ਰੁਖਸਾਨਾ ਜੀ, ਇਹ ਮੁੱਦਾ ਹੈ ਕੀ ਹੈ ਅਤੇ ਕਿਉਂ ਤੁਸੀਂ ਸਮਝਦੇ ਹੋ ਐਜ਼ ਅ ਕੰਸਰਨਡ ਪੇਰੈਂਟ ਇਹਦੇ ਬਾਰੇ ਕਮਿਊਨਿਟੀ ਨੂੰ ਪਤਾ ਚੱਲਣਾ ਚਾਹੀਦਾ? ਜੀ, ਇਹ ਬੱਚਾ ਇਹ ਜਿਹੜਾ ਮੁੱਦਾ ਹੈਗਾ ਨਾ, ਇਹ ਸਾਰੀ ਸਾਡੇ ਬੱਚਿਆਂ ਨੂੰ ਬਹੁਤ ਇਫੈਕਟ ਕਰ ਸਕਦਾ, ਸਾਡੀ ਰਿਲੀਜੀਅਸ ਵੈਲਿਊਜ਼ ਨੂੰ ਇਫੈਕਟ ਕਰ ਸਕਦਾ, ਔਰ ਸਾਡੇ ਰਾਈਟਸ ਐਜ਼ ਅ ਕੰਸਟੀਟਿਊਸ਼ਨਲ ਰਾਈਟਸ ਨੂੰ ਇਫੈਕਟ ਕਰਦਾ, ਕਿਉਂਕਿ ਇਹ ਜਿਹੜੀ ਪੋਲਿਸੀ ਉਹਨਾਂ ਨੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਆ। 2 ਸਾਲ ਤੋਂ ਉਹਨਾਂ ਨੇ ਸ਼ੁਰੂ ਕੀਤੀ ਸੀ ਇਸ ਵੈਨਕੂਵਰ ਸਕੂਲ ਬੋਰਡ ਵਿੱਚ, ਔਰ ਹੁਣ 2 ਸਾਲ ਉਹ ਜ਼ਰਾ ਰੁਕ ਗਏ ਆ, ਬਿਕੋਜ਼ ਇੱਕ ਕਮਿਊਨਿਟੀ ਨੇ ਲੋਇਰ ਹਾਇਰ ਕਰਕੇ ਅਤੇ ਉਹਨਾਂ ਦੀ ਤਫਤੀਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਤੁਸੀਂ ਦੱਸੋ ਕਿ ਇਹ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਅਫੈਕਟ ਕਰੇਗਾ, ਅਤੇ ਉਹਦੀ ਵਜ੍ਹਾ ਨਾਲ 2 ਸਾਲ ਰੁਕੇ ਰਹੇ ਆ, ਪਰ ਹੁਣ ਦੇ ਗੋਇੰਗ ਫੋਰਵਰਡ ਵਿਦ ਇਟ, ਔਰ ਸਕੂਲ ਦੇ ਵਿੱਚ ਉਹ ਇੰਪਲੀਮੈਂਟ ਕਰਨਗੇ, ਜਿਹਦੇ ਵਿੱਚ ਇਹ ਹੋਏਗਾ ਕਿ ਜਿਹੜਾ ਟਰਾਂਸਜੈਂਡਰ ਚਾਇਲਡ ਹੈਗਾ, ਜਿਹੜਾ ਕਹੇਗਾ ਕਿ ਆਈ ਫੀਲ ਲਾਈਕ ਅ ਵੂਮਨ ਇਨਸਾਈਡ, ਔਰ ਅੱਜ ਮੈਨੂੰ ਵੂਮੈਨਸ ਵਾਸ਼ਰੂਮ ਜਿਹੜਾ ਯੂਜ਼ ਕਰਨ ਦੀ ਇਜਾਜ਼ਤ ਦਿੱਤੀ ਜਾਏ, ਅਤੇ ਟੀਚਰਸ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹਨੂੰ ਇੱਕ ਵੀ ਕੁਐਸਚਨ ਹੋਰ ਪੁੱਛਣ। ਉਹ ਇਹ ਵੀ ਨਹੀਂ ਉਹਨੂੰ ਪੁੱਛ ਸਕਦੇ ਕਿ ਤੇਰੇ ਪੇਰੈਂਟਸ ਨੂੰ ਵੀ ਪਤਾ ਹੈ ਕਿ ਨਹੀਂ, ਤੇਰੀ ਮੈਡੀਕਲ ਟ੍ਰੀਟਮੈਂਟ ਹੋ ਰਹੀ ਹੈ ਕਿ ਨਹੀਂ, ਤੇਰਾ ਟ੍ਰਾਂਸਫਾਰਮ ਐਕਚੁਅਲੀ ਫਿਜ਼ੀਕਲੀ ਹੋਇਆ ਕਿ ਨਹੀਂ ਹੋਇਆ। ਦੇ ਜਸਟ ਹੈਵ ਟੂ ਅਲਾਓ ਹਿਮ ਟੂ ਯੂਜ਼ ਦੈਟ ਜਸਟ ਟੂ ਰਿਸਪੈਕਟ ਹਿਮ, ਪਰ ਔਨ ਦੀ ਅਦਰ ਹੈਂਡ ਉਹ ਸਾਡੇ ਬੱਚਿਆਂ ਨੂੰ ਰਿਸਪੈਕਟ ਨਹੀਂ ਕਰ ਰਹੇ, ਉਹਨਾਂ ਦੀ ਮੋਰਲ ਔਰ ਰਿਲੀਜੀਅਸ ਵੈਲਿਊਜ਼ ਨੂੰ ਰਿਸਪੈਕਟ ਨਹੀਂ ਕਰ ਰਹੇ, ਐਂਡ ਦੇ ਵਾਕਿੰਗ ਓਵਰ ਦੇਅਰ ਰਾਈਟਸ ਬਾਏ ਅਲਾਊਇੰਗ ਦ ਟ੍ਰਾਂਸਜੈਂਡਰ, ਵਿਚ ਇਜ਼ ਅ ਬਹੁਤ ਛੋਟੀ ਮਾਈਨੋਰਿਟੀ ਹੈਗੀ ਹੈ ਜਿਹੜੇ ਇਸ ਤਰ੍ਹਾਂ ਹੈਗੇ ਆ। ਉਹਦੇ ਵਿੱਚ 2-3 ਖਤਰੇ ਹੈਗੇ। ਇੱਕ ਤਾਂ ਇਹ ਹੈਗਾ ਕਿ ਕੋਈ ਬੱਚਾ ਜਿਹੜਾ ਸ਼ਰਾਰਤ ਦੇ ਤੌਰ 'ਤੇ ਜਾ ਕੇ ਕਹਿ ਦੇ ਕਿ ਬਈ ਠੀਕ ਹੈ, ਅੱਜ ਮੈਂ ਤਾਂ ਕੁੜੀ ਫੀਲ ਕਰ ਰਿਹਾ ਅੰਦਰੋਂ ਦੀ, ਆਉਣ ਮੈਨੂੰ ਕੁੜੀਆਂ ਦੇ ਵਾਸ਼ਰੂਮ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਅਤੇ ਉੱਥੇ ਜਾ ਕੇ ਕੋਈ ਸ਼ਰਾਰਤ ਵੀ ਕਰ ਸਕਦਾ, ਔਰ ਵਾਸ਼ਰੂਮਸ ਦਾ ਵੀ ਇੰਨਾ ਜ਼ਿਆਦਾ ਸਾਨੂੰ ਨਹੀਂ ਕੰਸਰਨ, ਬਿਕੋਜ਼ ਵਾਸ਼ਰੂਮਸ ਦੇ ਵਿੱਚ ਕਿਊਬੀਕਲਸ ਹੁੰਦੇ ਜਿਹੜੇ ਜ਼ਰਾ ਸੈਪਰੇਟ ਹੁੰਦੇ ਆ, ਔਰ ਉਹਦੇ ਵਿੱਚ ਨਿਊਡਿਟੀ ਜੇ ਕਰਨ ਤਾਂ ਉਹਦੇ ਵਿੱਚ ਕਰ ਸਕਦੇ, ਆਊਟਸਾਈਡ ਜਨਰਲ ਏਰੀਆ 'ਚ ਨਹੀਂ ਕਰਨਗੇ, ਪਰ ਉਹਨਾਂ ਦੇ ਇਟ ਗੋਜ਼ ਫੋਰਵਰਡ ਟੂ ਚੇਂਜ ਰੂਮਸ, ਔਰ ਚੇਂਜ ਰੂਮ ਵਿੱਚ ਤੁਹਾਨੂੰ ਪਤਾ ਕਿ ਖਾਸ ਫਰੀਲੀ ਓਪਨਲੀ ਸ਼ਾਵਰਸ ਲੈ ਰਹੇ ਹੁੰਦੇ, ਇੰਨੇ ਜ਼ਿਆਦਾ ਕਵਰ ਅਪ ਨਹੀਂ ਕਰ ਰਹੇ ਹੁੰਦੇ, ਕੁੜੀਆਂ ਦਾ ਵਾਸ਼ਰੂਮ ਹੁੰਦਾ ਉਹਦੇ ਵਿੱਚ ਜਾ ਕੇ ਜੋ ਆਪਣੇ ਆਪ ਨੂੰ ਐਕਸਪੋਜ਼ ਕਰਨਗੇ, ਅਤੇ ਇਟ ਕੈਨ ਟਰਾਮਾਟਾਈਜ਼ ਸਮ ਯੰਗ ਗਰਲਸ ਜਿਹਨਾਂ ਨੇ ਇਸ ਕਿਸਮ ਦੀ ਚੀਜ਼ ਦੇਖੀ ਨਹੀਂ ਹੈ, ਜਿਹਨਾਂ ਦੇ ਇੰਨੇ ਰਿਸਟ੍ਰਿਕਟ ਇਨਵਾਇਰਮੈਂਟ ਤੋਂ ਆ ਰਿਹਾ, ਰਿਲੀਜੀਅਸ ਇਨਵਾਇਰਮੈਂਟ ਤੋਂ ਆ ਰਿਹਾ, ਜਿੱਥੇ ਉਹਨਾਂ ਨੂੰ ਇਸ ਕਿਸਮ ਦਾ ਐਕਸਪੋਜ਼ਰ ਨਹੀਂ ਯੂਜ਼ ਟੂ ਨਹੀਂ ਹੈਗੇ, ਅਤੇ ਉਹਦਾ ਸਾਨੂੰ ਫਿਕਰ ਹੈ। ਔਰ ਦੂਸਰੀ ਗੱਲ ਹੈ ਕਿ ਸਕੂਲ ਜਿਹੜੀ ਬੋਰਡ ਹੈਗੀ ਹੈ ਨਾ, ਦੇ ਪ੍ਰੋਮਿਸ ਸੇਫਟੀ, ਸੇਫ ਇਨਵਾਇਰਮੈਂਟ ਫੋਰ ਐਵਰੀ ਚਾਇਲਡ, ਪਰ ਜਦੋਂ ਇਹ ਇਸ ਕਿੱਸਾ ਆ ਜਾਂਦਾ, ਉਦੋਂ ਸਾਡੇ ਬੱਚਿਆਂ ਦੀ ਸੇਫਟੀ ਦੇ ਬਾਰੇ 'ਚ ਉਹਨਾਂ ਨੇ ਬਿਲਕੁਲ ਨਹੀਂ ਸੋਚਿਆ। ਤੁਹਾਨੂੰ ਪਤਾ ਹੋਏਗਾ ਕਿ ਵਾਸ਼ਿੰਗਟਨ ਅਮੈਰੀਕਾ 'ਚ ਵੀ ਇਹ ਪੋਲਿਸੀ ਚੱਲ ਰਹੀ ਹੈ, ਔਰ ਉਹਨਾਂ ਦਾ ਇਹ ਸਿਸਟਮ ਹੈ ਕਿ ਈਚ ਸਟੇਟ ਡਿਸਾਈਡਸ ਟੂ ਅਡਾਪਟ ਇਟ ਔਰ ਨਾਟ, ਅਤੇ ਵਾਸ਼ਿੰਗਟਨ ਸਟੇਟ 'ਚ ਰੀਸੈਂਟਲੀ ਇੱਕ 46-year-old ਟਰਾਂਸਜੈਂਡਰ ਮੈਨ, ਉਹਨੇ ਕਿਹਾ ਕਿ ਮੈਂ ਚੇਂਜ ਰੂਮ ਵਿੱਚ ਜਾਣਾ, ਸਵਿਮਿੰਗ ਪੂਲ ਵਾਲੇ ਚੇਂਜ ਰੂਮ ਵਿੱਚ, ਔਰ ਜਾ ਕੇ ਆਪਣੇ ਆਪ ਨੂੰ ਲੱਤਾਂ ਖੋਲ੍ਹ ਕੇ ਐਕਸਪੋਜ਼ ਕਰਕੇ ਬੈਠ ਗਿਆ, ਔਰ ਜਦੋਂ ਹੋਰ ਲੋਕਾਂ ਨੇ ਉਹਦੇ ਬਾਰੇ 'ਚ ਕੰਪਲੇਂਟ ਕੀਤਾ, ਅਤੇ ਉਹਨਾਂ ਨੇ ਫਿਰ ਪੁਲਿਸ ਬੁਲਾਈ, ਤਾਂ ਪੁਲਿਸ ਨੇ ਕਿਹਾ ਵੀ ਇਹਦੇ ਰਾਈਟਸ ਹੈਗੇ, ਅਸੀਂ ਕੁਛ ਨਹੀਂ ਕਰ ਸਕਦੇ, ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਇੱਕ ਪਰਦਾ ਦੇ ਦਿੰਦੇ ਹਾਂ, ਤੁਸੀਂ ਉਹ ਲਗਾ ਲਓ। ਸੋ ਯੂ ਕੈਨ ਇਮੇਜਿਨ ਕਿ ਉਹਦੇ ਵਿੱਚ ਕਿੰਨਾ ਐਬਸੋਲੂਟਲੀ ਦਾ ਨੁਕਸਾਨ ਜਿਹੜਾ ਕਿੰਨਾ ਜ਼ਿਆਦਾ ਬੱਚਿਆਂ 'ਤੇ ਇਹਦਾ ਹੋ ਸਕਦਾ। ਬਟ ਪ੍ਰੋਬਲਮ ਇਹ ਹੈਗੀ ਜੀ, ਜੇ ਸਵਾਲ ਇਹ ਖੜਾ ਹੁੰਦਾ ਹੈ ਰੁਖਸਾਨਾ ਜੀ ਕਿ ਇਹ ਮਿਨਿਸਕਿਊਲ ਮਿਨੋਰਿਟੀ ਜਿਹੜੀ ਹੈਗੀ ਹੈ, ਹਾਊ ਕੈਨ ਦੈਟ ਬੀ ਅਕੋਮੋਡੇਟਡ? ਕਿਉਂਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਕਿ ਟੀਚਰ ਪੁੱਛ ਵੀ ਨਹੀਂ ਸਕਦਾ, ਜਸਟ ਬਾਈ ਸੇਇੰਗ ਇੱਕ ਬੱਚੇ ਨੂੰ ਇਹ ਅਲਾਓ ਕੀਤਾ ਜਾਏਗਾ, ਸੋ ਕੀ ਐਜ਼ ਅ ਕੰਸਰਨ ਪੇਰੈਂਟ ਤੁਸੀਂ ਕੀ ਡਿਮਾਂਡ ਕਰਦੇ ਹੋ, ਜਾਂ ਕੀ ਕੋਈ ਗਰੁੱਪ ਜਿਹੜਾ ਹੈਗਾ ਕੁਛ ਇਸ ਉੱਤੇ ਕਰ ਰਿਹਾ ਕੁਛ ਕੰਮ? ਜੀ, ਇੱਕ ਗਰੁੱਪ ਹੈਗਾ ਚਾਈਨੀਜ਼ ਕਮਿਊਨਿਟੀ ਦਾ, ਨਾਂ ਹੈਗਾ ਆਈ ਹਾਰਟ ਪੇਰੈਂਟਸ, ਓਕੇ, ਔਰ ਉਹਨਾਂ ਨੂੰ ਅਸੀਂ ਡੋਨੇਟ ਕਰ ਸਕਦੇ ਕੁਛ ਪੈਸੇ, ਤਾਂ ਕਿ ਉਹ ਜਿਹੜਾ ਉਹਨਾਂ ਨੇ ਲੋਇਰ ਹਾਇਰ ਕੀਤਾ ਉਹਨੂੰ ਸਪੋਰਟ ਕਰਨ ਵਾਸਤੇ, ਬਿਕੋਜ਼ ਆਈ ਨੋ ਯੂ ਨੋ ਕਿ ਬਈ ਲੋਇਰਸ ਕਿੰਨੇ ਐਕਸਪੈਂਸਿਵ ਹੁੰਦੇ ਹੈ, ਅਤੇ ਉਹਨਾਂ ਨੂੰ ਸਪੋਰਟ ਕੀਤਾ ਜਾਏ, ਕਿਉਂਕਿ ਇਸ ਮਸਲੇ ਦਾ ਹੱਲ ਲੀਗਲੀ ਹੋ ਸਕਦਾ। ਉਸ ਤਰ੍ਹਾਂ ਅਸੀਂ ਕਿੰਨੀ ਵੀ ਆਪਣੀ ਆਵਾਜ਼ ਰੇਜ਼ ਕੀਤੀ, ਤੁਹਾਨੂੰ ਪਤਾ ਕਿੰਨੇ ਸਾਲਾਂ ਤੋਂ ਮੈਂ ਇਹ ਚੀਜ਼ਾਂ ਕਰ ਰਹੀ ਹਾਂ ਕਿ ਸਕੂਲ ਦੇ ਵਿੱਚ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ, ਜਦੋਂ ਗੇ ਇਸ਼ੂ ਵੀ ਉੱਠਿਆ ਸੀ, ਗੇ ਕਲੱਬਸ ਦਾ ਔਰ ਗੇ ਬੁੱਕਸ ਦਾ, ਉਦੋਂ ਵੀ ਅਸੀਂ ਬੜੀ ਚਿੰਤਤ ਕੀਤੀ ਸੀ, ਪਰ ਉਹ ਨਾ ਫੋਰਸਫੁਲੀ ਆ ਕੇ ਅਤੇ ਇੰਪਲੀਮੈਂਟ ਕਰੀ ਜਾ ਰਹੇ ਆ ਇਸ ਕਿਸਮ ਦੇ ਲੋਸ, ਔਰ ਉਹ ਇੰਨੇ
ਚਲਾਕੀ ਨਾਲ ਕਰਦੇ ਹੈ ਕਿ ਉਹਨਾਂ ਦੀ ਜਿਹੜੀ ਵੈਬਸਾਈਟ 'ਤੇ ਤੁਸੀਂ ਜਾਓ ਨਾ ਤਾਂ ਫਰੰਟ ਪੇਜ 'ਤੇ ਇਸ ਕਿਸਮ ਦੀ ਕੋਈ ਚੀਜ਼ ਨਹੀਂ ਲਿਖੀ ਹੋਏਗੀ, ਤੁਹਾਨੂੰ ਕੋਈ ਖਾਸੀ ਰਿਸਰਚ ਕਰਨੀ ਪਏਗੀ, 7ਵੇਂ 8ਵੇਂ ਪੇਜ ਦੇ ਉੱਤੇ ਥੋੜ੍ਹਾ ਜਿਹਾ ਲਿਖਿਆ ਹੋਏਗਾ ਔਰ ਬੜੀ ਨਰਮ ਲੈਂਗੁਏਜ 'ਚ ਲਿਖਿਆ ਹੋਏਗਾ, ਤੁਹਾਨੂੰ ਲੱਗੇਗਾ ਕਿ ਨਹੀਂ ਨਹੀਂ ਇਹ ਤਾਂ ਬੜਾ ਹਾਰਮਲੈਸ ਜਿਹਾ ਚੀਜ਼ ਹੈਗੀ ਹੈ, ਪਰ ਜਦੋਂ ਉਹਦਾ ਇਫੈਕਟ ਹੈਗਾ ਇਟ ਇਜ਼ ਕੈਨ ਬੀ ਵੈਰੀ ਡਰਾਸਟਿਕ ਫੋਰ ਆਰ ਚਿਲਡਰਨ। ਖਾਸ ਤੌਰ 'ਤੇ ਹੁਣ ਇਲੈਕਸ਼ਨ ਹੈਗੀਆਂ ਜੀ, ਕਿ ਹੁਣ ਇਹ ਪੋਲੀਟੀਸ਼ੀਅਨਸ ਨੂੰ ਵੀ ਅਕਾਊਂਟੇਬਲ ਬਣਾਇਆ ਜਾ ਸਕਦਾ ਕਿ ਇਹ ਇਸ਼ੂਜ਼ ਨੂੰ ਤੁਸੀਂ ਕਮਿਊਨਿਟੀ ਦੇ ਵਿੱਚ ਰੇਜ਼ ਹੋਵੇ ਅਤੇ ਤੁਸੀਂ ਇਸਦੇ ਆਵਾਜ਼ ਉਠਾਓ। ਹੁਣ ਸਵਾਲ ਅਗੇਨ ਉਹੀ ਆ ਗਿਆ ਕਿ ਐਜ਼ ਕੰਸਰਨ ਪੇਰੈਂਟਸ ਤੁਸੀਂ ਆਪਣੀ ਕੋਸ਼ਿਸ਼ ਕਰ ਰਹੇ ਹੋ, ਪਰ ਓਵਰਆਲ ਜਦੋਂ ਗੇ ਦਾ ਬੱਚਿਆਂ ਦਾ ਵੀ ਮੁੱਦਾ ਆਇਆ ਸੀ ਸਕੂਲਸ ਦੇ ਵਿੱਚ ਸੇਮ ਸੈਕਸ ਮੈਰਿਜ ਦੇ ਬਾਰੇ, ਮੋਰੈਲਿਟੀ ਦੀਆਂ ਤਾਂ ਕਲਾਸਿਸ ਲੱਗਦੀਆਂ ਨਹੀਂ ਹੈਗੀਆਂ, ਪਰ ਇਹ ਇਸ਼ੂਜ਼ ਜਿਹੜੀਆਂ ਨੇ ਇਹਨਾਂ ਦੇ ਉੱਤੇ ਇਹ ਬੜੀ ਛੇਤੀ ਇੰਪਲੀਮੈਂਟ ਹੋ ਜਾਂਦੇ। ਬਿਲਕੁਲ ਹੋ ਰਿਹਾ। ਐਜ਼ ਅ ਕਮਿਊਨਿਟੀ ਐਕਟਿਵਿਸਟ ਤੁਸੀਂ ਕੀ ਕਮਿਊਨਿਟੀ ਨੂੰ ਅੱਜ ਮੈਸੇਜ ਦੇਣਾ ਚਾਹੋਗੇ ਕਿ ਕਿਸ ਤਰ੍ਹਾਂ ਸਾਰੇ ਇਨਵੋਲਵ ਹੋ ਕੇ ਇਹਨਾਂ ਮੁੱਦਿਆਂ ਦੇ ਉੱਤੇ ਥੋੜ੍ਹੀ ਜਿਹੀ ਆਪਣੀ ਸੋਚ ਨੂੰ ਬਿਹਤਰ ਕਰਨ, ਤਾਂ ਕਿ ਇਹ ਇਸ਼ੂਜ਼ ਹੁਣ ਤਾਂ ਭਾਵੇਂ ਇਹਨਾਂ ਦਾ ਸਾਨੂੰ ਕੋਈ ਅਸਰ ਨਹੀਂ ਲੱਗਦਾ, ਪਰ ਆਉਣ ਵਾਲੇ ਸਮੇਂ ਵਿੱਚ ਇਹਦੀਆਂ ਜਿਹੜੀਆਂ ਮਾੜੀਆਂ ਰੈਮੀਫਿਕੇਸ਼ਨਸ ਨੇ ਉਹ ਹੋ ਸਕਦੀਆਂ ਨੇ। ਉਹ ਹੋ ਸਕਦੀ। ਸਭ ਤੋਂ ਮੈਂ ਇੱਕ ਹੋਰ ਮੁੱਦਾ ਵੀ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦੀ ਕਿ ਬਈ ਨੋਟ ਓਨਲੀ ਚੇਂਜ ਰੂਮਸ ਐਂਡ ਬਾਥਰੂਮਸ, ਇਟ ਗੋਜ਼ ਫਰਦਰ ਇਨ ਟੂ ਸਕੂਲ ਟ੍ਰਿਪਸ। ਜਦੋਂ ਸਕੂਲ ਟ੍ਰਿਪ ਹੁੰਦਾ ਹੈ ਉਹਦੇ ਵਿੱਚ ਜੇ ਤੁਸੀਂ ਰਾਤ ਓਵਰਨਾਈਟ ਸਟੇਅ ਕਰਨਾ ਹੈ ਤੇ ਸਕੂਲਸ ਯੂਜੂਅਲੀ ਇੱਕ ਰੂਮ ਰੈਂਟ ਕਰਕੇ ਚਾਰ ਕੁੜੀਆਂ ਨੂੰ ਉੱਥੇ ਪਾ ਦਿੰਦੇ ਹੈ, ਤੇ ਜੇ ਉਹ ਮੁੰਡਾ ਕਹੇ ਕਿ ਬਈ ਅੱਜ ਤਾਂ ਮੈਂ ਤਾਂ ਕੁੜੀ ਹੈਗੀ ਹਾਂ ਐਂਡ ਆਈ ਸ਼ੁੱਡ ਬੀ ਅਲਾਊਡ ਟੂ ਸਟੇਅ ਇਨ ਦਾ ਸੇਮ ਰੂਮ ਵੇਅਰ ਦਾ ਗਰਲਸ ਆਰ, ਤਾਂ ਤੁਸੀਂ ਯੂ ਕੈਨ ਇਮੈਜਿਨ ਹਾਊ ਡਰਾਸਟਿਕ ਦੈਟ ਕੈਨ ਬੀ। ਉਦੋਂ ਤਾਂ ਕੋਈ ਮੋਨੀਟਰ ਵੀ ਨਹੀਂ ਕਰ ਰਿਹਾ, ਮਤਲਬ ਦੇਅਰ ਦੇਅਰ ਆਲ ਨਾਈਟ, ਸੋ ਦੈਟ ਇਜ਼ ਅ ਬਿਗ ਕੰਸਰਨ ਫੋਰ ਅਸ। ਆਈ ਥਿੰਕ ਦਾ ਬੈਸਟ ਥਿੰਗ ਇਜ਼ ਕਿ ਜਿਸ ਤਰ੍ਹਾਂ ਉਹਨਾਂ ਨੇ ਚੁੱਪੇ ਚੁਪਾਏ ਸਾਰਾ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸੇ ਤਰ੍ਹਾਂ ਮੇਰੀ ਆਵਾਜ਼ ਮੈਂ ਉਠਾਉਣਾ ਚਾਹੁੰਦੀ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਕੀ ਹੋ ਰਿਹਾ, ਤਾਂ ਕਿ ਉਹ ਆਪਣੀ ਆਵਾਜ਼ ਉਠਾਉਣ, ਆਪਣੇ ਸਕੂਲ ਵਿੱਚ ਜਾ ਕੇ ਆਪਣੇ ਪ੍ਰਿੰਸੀਪਲਸ ਔਰ ਟੀਚਰਸ ਨਾਲ ਡਿਸਕਸ ਕਰਨ ਐਂਡ ਦੇ ਕੈਨ ਟੈਲ ਦੈਮ ਕਿ ਸਾਡੇ ਕੀ ਰੈਮੀਫਿਕੇਸ਼ਨਸ ਹੈ, ਸਾਡੇ ਰਿਲੀਜੀਅਸ ਰਾਈਟਸ ਕੀ ਹੈਗੇ, ਸਾਡੇ ਕੋਨਸਟੀਟਿਊਸ਼ਨਲ ਰਾਈਟਸ ਕੀ ਹੈ ਫੋਰ ਦਾ ਸੇਫਟੀ ਆਫ ਆਰ ਚਿਲਡਰਨ, ਕਿ ਇਹ ਜੋ ਤੁਸੀਂ ਕਰ ਰਹੇ ਇਟ ਇਜ਼ ਅ ਸੋਲੂਸ਼ਨ ਫੋਰ ਅ ਡਰਾਸਟਿਕ ਰਿਜ਼ਲਟ। ਸੋ ਦ ਬੈਸਟ ਇਜ਼ ਕਿ ਆਪਣੇ MLAs ਨੂੰ ਜਾ ਕੇ ਪੁੱਛੋ ਤੁਸੀਂ ਕਿ ਉਹ ਕੀ ਕਰ ਰਿਹਾ, ਉਹਨਾਂ ਨੂੰ ਵੀ ਅਵੇਅਰ ਕਰੋ, ਬਿਕੋਜ਼ ਆਈ ਐਮ ਸ਼ੋਰ ਕਿ ਖਾਸੇ ਜਿਹੜੇ ਲੀਡਰਸ ਆ ਸਾਡੇ ਕਮਿਊਨਿਟੀ ਲੀਡਰਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਹੱਦ ਤੱਕ ਇਹ ਚੀਜ਼ਾਂ ਹੋ ਰਹੀਆਂ। ਰਾਈਟ। ਐਂਡ ਫਾਈਨਲੀ ਜੇਕਰ ਕਿਸੇ ਨੇ ਹੋਰ ਇਸ ਬਾਰੇ ਜਾਣਕਾਰੀ ਲੈਣੀ ਹੋਏ, ਕੋਈ ਫੋਨ ਨੰਬਰ ਜਾਂ ਕੋਈ ਵੈਬਸਾਈਟ ਜਿੱਥੋਂ ਕਿ ਇਹ ਸਾਰੀ ਇਨਫੋਰਮੇਸ਼ਨ ਮਿਲ ਸਕਦੀ? ਜੀ ਮੈਂ ਫਿਲਹਾਲ ਆਪਣਾ ਹੀ ਦੇ ਦਿੰਦੀ ਹਾਂ ਅਤੇ ਮੈਂ ਫਿਰ ਉਹਨਾਂ ਡਾਇਰੈਕਟ ਕਰ ਦਾਂਗੀ। 7788297854। ਰੁਕਸਾਨਾ ਜੀ, ਥੈਂਕ ਯੂ। ਵੀ ਆਰ ਯੂ ਨੋ ਵੈਰੀ ਹੈਪੀ ਕਿ ਸਾਡੀ ਕਮਿਊਨਿਟੀਜ਼ ਤੁਹਾਡੇ ਵਰਗੇ ਕੰਸਰਨਡ ਸਿਟੀਜ਼ਨਸ ਹੈਗੇ ਨੇ ਜਿਹੜੇ ਇਹਨਾਂ ਮੁੱਦਿਆਂ ਨੂੰ ਅੱਗੇ ਲਿਆਉਂਦੇ ਨੇ। ਥੈਂਕ ਯੂ ਐਂਡ ਬੈਸਟ ਵਿਸ਼ਸ। ਥੈਂਕ ਯੂ।